ਪਿਛਲੀ ਮੀਟਿੰਗ ਦੇ ਵਿੱਚ ਪਿਛਲੀ ਮੀਟਿੰਗ ਚ ਕਿਆ ਹੋਇਆ ਸੀ ਜਾਂ ਮੈਂ ਬੋਲਣਾ ਚਾਹੁੰਦਾ ਮੈਂ ਬੋਲਦਾ ਹਾਂ ਕੀ ਹੋਇਆ ਸੀ ਕੀ ਹੋਇਆ ਸੀ ਇੱਥੇ ਕੋਈ ਗੱਲ ਹੋਈ ਜੀ ਪ੍ਰਧਾਨ ਜੀ ਇੱਥੇ ਕੋਈ ਜਦੋਂ ਮਰਜ਼ੀ ਜਦੋਂ ਕੋਈ ਗੱਲ ਹੋਈ ਤਾਂ ਹੱਸ ਪਏ ਸਾਰੇ ਜਣੇ ਮੈਂ ਇਸ ਸ਼ਖਸ ਨੂੰ ਕਿਹਾ ਆਪਣੇ ਅਫਸਰ ਦੇ ਅਸੀਂ ਨਾਮ ਦਾ ਇਹ ਕਹਿੰਦਾ ਇਹ ਮੇਰਾ ਅਫਸਰ ਨਹੀਂ ਹੈਗਾ ਚਲੋ ਇੱਕ ਟੀਮ ਹੈ ਸਾਰੇ ਬਣ ਕੇ ਰਹੋ ਇਹ ਕਹਿੰਦਾ ਮੇਰਾ ਅਫਸਰ ਨਹੀਂ ਹੈਗਾ ਮੇਰੇ ਹੈ ਹੀ ਨਹੀਂ ਅਫਸਰ ਤਾਂ ਕਿੱਥੇ ਆ ਦੱਸੋ ਕਹਿੰਦਾ ਮੇਰਾ ਅਫਸਰ ਹੈ ਮੈਂ ਕਹਿੰਦਾ ਨਹੀਂ ਭਾਈ ਫਿਰ ਤਾਂ ਤਨਖਾਹ ਨਾ ਲੈ ਉਹਦੇ ਕੋਲੋਂ ਸੁਣੋ ਤਾਂ ਤੇਰੀ ਡਿਗਰੀ ਬਹੁਤ ਸਹੀ ਆ ਤੇਰੀ ਡਿਗਰੀ ਚਾਰ ਸਾਲਾਂ ਦੀ ਸਾਲ ਸਹੀ ਆ ਮੈਂ ਕਰਾਊਂਗਾ ਮੈਂ ਕਰਾਊਂਗਾ ਮੈਂ ਕਰਾਊਂਗਾ ਤੇਰੀ ਡਿਗਰੀ ਮੈਂ ਸ਼ੁਰੂ ਕੀਤਾ ਉਹਨਾਂ ਨੇ ਚਾਰ ਸਾਲ ਜਿਹਨੂੰ ਮੈਂ ਬੋਲਣਾ ਨੀ ਕਮੇਟੀ ਵਿੱਚ ਬੋਲਣਾ ਹੀ ਨੀ ਆਉਂਦਾ ਹੈਗਾ ਜਿਸ ਅਫਸਰ ਨੂੰ ਇਹਨੂੰ ਇਹਦੇ ਏਦਾਂ ਦੇ ਅਫਸਰ ਨੂੰ ਬੋਲਣਾ ਨੀ ਮੇਰੇ ਬਾਅਦ ਆ ਜਾਓ ਮੇਰੀ ਡਿਗਰੀ ਚਾਲੀ ਮੈਂ ਗੋਲਡ ਮੈਡਲਿਸਟ ਆ ਗਈ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਨਾਂ ਲਿਖਿਆ ਗੋਲਡ ਮੈਡਲਿਸਟ ਮੇਰੀ ਡਿਗਰੀ ਚਾਲੀ ਕਰਨ ਡੇ ਆ ਦੇਖੋ ਤੁਸੀਂ ਭੈਣ ਦੇਖੋ ਪੰਜਾਬ ਯੂਨੀਵਰਸਿਟੀ ਦਾ ਗੋਲਡ ਮੈਡਲਿਸਟ ਆ ਮੈਂ ਹੁਣ ਵੀ ਕਹਿੰਦਾ ਨਹੀਂ ਦੇਖੋ ਮੈਨੂੰ ਕਹਿੰਦਾ ਤੇਰੀ ਡਿਗਰੀ ਚਾਲੀ ਬੱਲੇ ਬੰਦੇ ਦੇ ਸੇਠੀ ਸਾਹਿਬ ਦੇਖ ਲਓ ਤੁਸੀਂ ਫਿਰ ਯੂਨੀਅਨ ਵਾਲੇ ਫਿਰ ਕਹਿੰਦੇ ਮੇਰੇ ਵੱਲੋਂ ਪਹਿਲਾਂ ਚਾਹੇ ਇਹਨੂੰ ਬੋਲਣੇ ਸਾਲ ਮਤਾ ਪਾਓ ਪਹਿਲਾਂ ਮੈਂ ਨੀ ਉਸ ਤੋਂ ਬਾਅਦ ਮੈਂ ਨਹੀਂ ਮੈਂ ਮੀਟਿੰਗ ਦੇ ਜਾਣੀ ਜਿਸ ਵਿੱਚ ਮੈਨੂੰ ਪਾਓ ਮੇਰਾ ਮਤਾ ਦੇਖੋ ਪਹਿਲਾਂ ਉਹ ਨਹੀਂ ਨਹੀਂ ਮੈਂ ਨੀ ਭਾਜੀ ਬੈਠਣਾ ਸੋਰੀ ਠੀਕ ਹੈ ਜੀ ਪਹਿਲਾਂ ਇਹਨੂੰ ਬੋਲਣਾ ਸਿਖਾਓ ਫਿਰ ਦੇਖਦੇ ਆ ਨਹੀਂ ਮੈਂ ਨੀ ਮੈਂ ਚੱਲਿਆ ਮੈਂ ਮੀਟਿੰਗ ਬਜਰ ਕਰ ਦੂੰਗਾ ਕੋਈ ਰੌਲਾ ਮੈਂ ਸੈਨ ਕਰ ਦੂੰਗਾ ਮੈਂ ਕਰ ਦੂੰਗਾ ਸੈਨ ਕੋਈ ਰੌਲਾ ਨਹੀਂ ਇਹਦੇ ਖਿਲਾਫ਼ ਮੈਂ ਕੋਰਟ ਵਿੱਚ ਜਾਣਾ ਆ ਇਹਦੇ ਖਿਲਾਫ਼ ਮੈਂ ਹਾਈਕੋਰਟ ਵਿੱਚ ਜਾਣਾ ਆ ਮੈਂ ਸਾਈਨ ਕਰੂੰਗਾ ਬਜਰ ਦੇ ਮੈਂ ਕਰ ਦਿਆਂ ਤੁਸੀਂ ਬੈਠੋ ਹਾਂ ਇਹਦੇ ਖਿਲਾਫ਼ ਮੈਂ ਹਾਈਕੋਰਟ ਜਾਣਾ ਮਤਾ ਪਾਉਣਾ ਇਹਦੇ ਖਿਲਾਫ਼ ਮਤਾ ਪਾਉਣਾ ਮੇਰਾ 90 ਦਾ ਉਹ ਨਹੀਂ ਲੜਾਈ ਦੋਨੋ ਸਾਈਨ ਇਹ ਨੀ ਕਿਤੇ ਕਰਦਾ ਕਿਸੇ ਕੰਮ ਦੇ ਉੱਤੇ ਗੱਲਾਂ ਕਰਦਾ ਫਿਰਦਾ ਇਹ ਦੋ ਦੋ ਲੱਖ ਰੁਪਏ ਤਨਖਾਹ ਲੈਂਦੇ ਆ ਜਦ ਤੁਸੀਂ ਬੈਠੇ ਆ
ਤੁਹਾਨੂੰ ਨੀ ਪਤਾ ਤੁਸੀਂ ਬਜਟ ਬੋਲਣਾ ਬੋਰਡ ਪੇਸ਼ ਕਰਨਾ ਕੋਈ ਨਵੀਂ ਵਾਲੀ ਬਜਟ ਪੇਸ਼ ਕਰਨ ਲੱਗੇ ਐਵੇਂ ਰੋਲਾ ਪਵਾਈ ਜਾਂਦੇ ਬਜਟ ਬੋਲਦੇ ਚੁੱਪ ਰਿਹਾ ਆਪਣਾ ਫਾਲਤੂ ਗੱਲ ਮੈਂ ਨਾ ਕਰੀ ਮੈਂ ਕੌਂਸਲਰ ਹਾਂ ਮੈਂ ਤੇਰੇ ਮਤਹਿਤ ਨਹੀਂ ਤੂੰ ਮੇਰੇ ਮਤਹਿਤ ਆ ਮੈਂ ਕੌਂਸਲਰ ਹਾਂ ਆਪਾਂ ਬਜਟ ਦੀ ਗੱਲ ਪਤਾ ਹੋਣਾ ਚਾਹੀਦਾ ਉਹ ਬਹਿ ਰਿਹਾ ਭਾਜੀ ਹੁਣ ਬਜਟ ਦੀ ਤਾਂ ਕਰਨੀ ਜਾਓ ਕਰੂੰ ਦੱਸੂ ਸਿਸਟਮ ਫੋਲੋ ਇਹਨਾਂ ਕਮੇਟੀ ਵਾਲੇ ਨੇ ਕਰਨਾ ਲਾਉਂਡੀ ਮੈਂ ਚੁੱਪ ਕਮੀ ਪੇਸ਼ੀ ਦੱਸੋ ਤੇ ਸਹੀ ਕਿੱਥੇ ਮੈਨੂੰ ਤਾਂ ਦੱਸ ਦੋ ਇਹਨਾਂ ਨੂੰ ਪੁੱਛੋ ਇਹ ਜਾਂਦੇ ਕਿੱਥੇ ਆ ਇਹਨਾਂ ਨੂੰ ਪੁੱਛੋ ਕਿਹੜੇ ਕੰਮ ਜਾਂਦੇ ਆ ਇਹ ਪਿਛਲੇ ਸਾਲ ਇਹ 14 ਕਰੋੜ 27 ਲੱਖ 50 ਹਜ਼ਾਰ ਦਾ ਸੀ ਇਸ ਸਾਲ ਇਹ 15 ਕਰੋੜ 90 ਲੱਖ ਦਾ ਇਕੱਠੇ ਹੋਏ ਇਸ ਸਾਲ ਇਹ ਸਰ 13 ਕਰੋੜ 95 ਲੱਖ 18 ਹਜ਼ਾਰ ਰੁਪਇਆ ਇਕੱਠਾ ਹੋਇਆ ਨੇੜੇ ਨੇੜੇ ਹੀ ਆ ਠੀਕ ਆ ਸਰ ਇਸ ਵਾਰ ਜਿਹੜਾ 15-90 ਦਾ ਆ ਉਹਦੇ ਵਿੱਚੋਂ ਸਰ ਤਨਖਾਹਾਂ ਵਗੈਰਾ ਲਈ 9 ਕਰੋੜ ਜੀ ਕੰਟੀਜੈਂਸੀ ਦੇ ਖਰਚਿਆਂ ਲਈ 70 ਲੱਖ ਪਿਛਲੇ ਸਾਲ ਡਿਵੈਲਪਮੈਂਟ ਦੇ ਕਿੰਨੇ ਪੈਸੇ ਖਰਚ ਹੋਏ ਸੀ ਪਿਛਲੇ ਸਾਲ ਸਰ ਡਿਵੈਲਪਮੈਂਟ ਦੇ 198.65 ਕਰੋੜ ਰੁਪਇਆ ਖਰਚ ਹੋਏ ਰੱਖਿਆ ਸੀ ਰੱਖਿਆ ਸੀ 429.60 ਕਰੋੜ ਰੁਪਇਆ ਖਰਚ ਹੋਏ ਪਿਛਲੇ ਸਾਲ ਰੱਖਿਆ ਕਿੰਨਾ 829 ਲੱਖ ਜਵਾਬ ਦੇ ਪਾਉਣੇ ਆ ਜਿਹੜਾ ਰੇਲਵਾ ਰੋਡ ਆ ਉਹਦਾ ਜਵਾਬ ਦੇ ਕਿਹੜਾ ਅਫਸਰ ਆ ਮੈਨੂੰ ਦੱਸੋ ਸਾਨੂੰ ਦੱਸਿਆ ਮੈਂ ਤਾਂ ਮੀਟਿੰਗ ਦੇ ਵਿੱਚ ਨਹੀਂ ਅਦੋੜੇ ਮੈਂ ਮੀਟਿੰਗ ਤੋਂ ਬਾਹਰ ਫਿਰ ਦੱਸੋ ਕਿਹੜਾ ਕਿਹੜਾ ਇੰਜੀਨੀਅਰ ਲਾਇਆ ਦਾ ਦੱਸੋ ਜੀ ਕੌਣ ਆ ਉਹਨੂੰ ਪੁੱਛ ਲਓ ਵੀ ਕੀ ਕਰਦਾ ਉੱਥੇ ਜਾ ਕੇ ਰੇਲਵੇ ਰੋਡ ਵਾਲਾ ਬਹੁਤ ਬੜੀ ਆਪਾਂ ਆਪਣੀ ਕਮੇਟੀ ਮੱਖਣ ਸਿੰਘ ਉਹਨੇ ਚੱਕਿਆ ਮਾਮਲਾ ਉਹ ਲਾਂਗੜੀ ਕੋਲੇ ਆ ਫਿਰ ਜੀ ਖਾਲਸਾ ਜੀ ਵੀ ਉਹ ਰੱਖ ਲਿਆ ਉਹਨੇ ਰੱਖ ਲਿਆ ਬੇਬੀ ਕੋਲ ਬੇਬੀ ਫਿਕਰ ਰੋ ਐ ਕਹਿੰਦੇ ਨਾਲ 1 ਮਿੰਟ ਤੁਸੀਂ ਆ ਦੇਖਿਆ ਗ੍ਰਾਮ ਰੋਡ ਤੋਂ ਜਾ ਕੇ ਸਾਰਾ ਇਕੱਠਾ ਹੀ ਪਾਸ ਕਰ ਦਿੰਦਾ
ਚਲੋ ਯਾਰ ਇੰਟਰਲੋਕ ਦਾ ਕੀ ਆਈਡੀਆ ਮੈਂ ਤਾਂ ਪਤਾ ਨਹੀਂ ਸਮਝ ਨਹੀਂ ਸਾਰੇ ਕਿੱਥੇ ਬਾਤ ਸਾਨੂੰ ਤਾਂ ਪਤਾ ਨਹੀਂ ਇੰਟਰਲੋਕ ਹੈ ਜੀ ਲੱਗੇ ਅੱਗ ਲੱਗੀ ਸੀ ਤਾਂ ਪੈਂਤੀ ਧਾਰਾ ਲੱਗੀ ਸੜਕ ਲਈ ਪੈਂਤੀ ਧਾਰਾ ਕਦੋਂ ਲਾ ਦੂੰਗੇ ਡਾਕਟਰ ਸਾਹਿਬ ਅੱਗ ਵੀ ਨੀ ਲਵਾਈ ਸੀ ਉਦੋਂ ਉਦੋਂ ਸਾਡੀ ਮੀਟਿੰਗ ਸੀ ਉਦੋਂ ਨਹੀਂ ਲਵਾਈ ਕਾਂਗਰਸ ਤੁਸੀਂ ਲਵਾਈ ਤਾਂ ਸਾਨੂੰ ਕਰਨਾ ਪਿਆ ਸਾਡੇ ਤਾਂ ਸਾਡੇ ਡੇਂਗੂ ਹੋ ਗਿਆ ਪੀਲੀਆ ਹੋ ਗਿਆ ਸਾਡੇ ਇੱਥੇ ਹੈਲਥ ਵਾਲੇ ਕੱਲ੍ਹ ਬੈਠੇ ਪਏ ਗੱਲਾਂ ਕਰਦੇ ਤੂੰ ਬਹਿ ਜਾ ਰਾਮ ਰਾਮੀ ਨਾ ਹੁਣ ਕੋਈ ਗੱਲ ਕਰ ਬੱਚਾ ਕਰ ਦੇ ਦੋ ਮਿੰਟ ਮੈਨੂੰ ਬੋਲਣ ਦਿਓ ਪਾ ਦੇ ਇੱਕ ਮਿੰਟ ਜਵਾਬ ਦੇ ਰੇਲਵੇ ਰੋਡ ਦੀ ਹਰੇਕ ਵਾਰ ਗੱਲ ਚੱਲਦੀ ਹੈ ਹਰੇਕ ਵਾਰ ਆਪਾਂ ਡਿਸਕਸ ਕਰਦੇ ਹਾਂ ਮੇਨ ਇਸ਼ੂ ਆ ਉਹ ਸ਼ਹਿਰ ਦਾ ਵਿੱਚੇ ਹੋਰ ਰੋਡ ਵੀ ਹੈਗੇ ਰੁਕਿਆ ਕਿਤੇ ਕੰਮ ਇਹਦੇ ਵਿੱਚ ਕੀ ਕਾਰਨ ਹੈ ਉਹ ਕਿੱਦਾਂ ਠੀਕ ਹੋਣਾ ਗੱਲ ਕਰੀਏ ਪਿਛਲੀ ਵਾਰ ਆਪਾਂ ਮਤਾ ਪਾਸ ਕੀਤਾ 2 ਕਰੋੜ 15 ਲੱਖ ਦਾ ਦੱਸੋ ਸਿੱਟ ਦਾ ਵੋਟ ਬੈਠੋ ਮੱਖਣ ਮੈਂ ਪਹਿਲਾਂ ਜਵਾਬ ਦੇਣਾ ਉਹਦਾ ਮਤਾ ਪਾਸ ਕੀਤਾ ਜੀ ਆਪਾਂ ਉਹ ਜਵਾਬ ਹੀ ਦੇਣ ਲੱਗੇ ਕੀ ਜਵਾਬ ਦੇਣ ਲੱਗੇ ਬਈ ਇਹਨਾਂ ਦੀ ਕੋਈ ਜ਼ਿੰਮੇਵਾਰੀ ਹੈਗੀ ਆ ਉਹ ਦੇਣ ਲੱਗੇ ਜਵਾਬ ਦੱਸੋ ਲੈ ਲਓ ਮੈਂ ਤਾਂ ਬੈਠੂਗਾ ਮੈਂ ਚੱਲ ਜਾਣਾ ਆ ਜਿਹਦੀ ਵੀ ਗਲਤੀ ਹੋਈ ਇਹ ਟੁੱਟ ਗਈ ਰੋਡ ਉਹਦੀ ਚੱਲਦੀ ਪਈ ਸੀ ਵਿਜੀਲੈਂਸ ਇਨਕੁਆਇਰੀ ਸਾਡੇ ਮਹਿਕਮੇ ਦੀ ਵਿਜੀਲੈਂਸ ਨੇ ਇਨਕੁਆਇਰੀ ਉਹ ਇਨਕੁਆਇਰੀ ਦੀ ਰਿਪੋਰਟ ਅਜੇ ਤੱਕ ਸਬਮਿਟ ਨਹੀਂ ਹੋਈ ਆਪਾਂ ਮੈਂ ਪਰਸੋਂ ਹੀ ਸੀ ਵੀ ਓ ਸਾਹਿਬ ਨੂੰ ਆਪਾਂ ਪੁੱਛਿਆ ਉਹ ਕਹਿੰਦੇ ਡਿਸਕਸ਼ਨ 'ਚ ਪਈ ਸੈਕਟਰੀ ਸਾਹਿਬ ਹੁਣ ਇਹ ਰੋਡ ਦੀ ਅਸੀਂ ਦੁਬਾਰਾ ਮਤਾ ਪਾਸ ਕਰਤਾ ਹੁਣ ਉਹਦੇ ਵਿੱਚ ਜਿਹੜੀ ਪਾਣੀ ਦੀ ਪਾਈਪਲਾਈਨ ਆ ਉਹ ਬਹੁਤ ਪੁਰਾਣੀ ਆ 1965-70 ਦੀ ਹੈਗੀ ਆ ਉਹ ਵਾਰ ਵਾਰ ਟੁੱਟਦੀ ਉਹਦੀ ਲੀਕੇਜ ਹੁੰਦੀ ਹੈ ਜਿਸ ਕਰਕੇ ਰੋਡ ਡੈਮੇਜ ਹੁੰਦੀ ਹੈ ਜੋ ਹੁਣ ਅਸੀਂ ਪਾਣੀ ਵਾਲਿਆਂ ਨੂੰ ਉਹਨਾਂ ਨੂੰ ਲਿਖ ਕੇ ਭੇਜਿਆ ਵੀ ਅਸੀਂ ਇਹ ਰੋਡ ਦੇ ਦੁਆਰਾ ਪਾਈਪਲਾਈਨ ਦੋਨੋਂ ਪਾਸੇ ਆਪਾਂ ਪਾਣੀ ਆ ਅਤੇ ਉਹ 9 ਕਰੋੜ ਦਾ ਉਹਨਾਂ ਦਾ ਕੋਈ ਪ੍ਰੋਜੈਕਟ ਮਨਜ਼ੂਰ ਹੋਇਆ 9.5-9 ਕਰੋੜ ਦਾ ਉਹ ਕਹਿੰਦੇ ਅਸੀਂ ਉਹਦੇ ਵਿੱਚ ਦੋਨੋਂ ਪਾਸੇ ਪਾਈਪ ਨਵੇਂ ਸਿਰੋਂ ਪਾ ਦਿਆਂਗੇ ਉਸ ਤੋਂ ਬਾਅਦ ਅਸੀਂ ਇਹ ਰੋਡ 215 ਲੱਖ ਦੀ ਨਾ ਮੇਰੀ ਕੰਪੀਟੈਂਸੀ ਆ ਮੇਰੀ ਕੰਪੀਟੈਂਸੀ ਵੀ 50 ਲੱਖ ਰੁਪਏ ਦਾ ਮੇਰੇ ਕੋਲ ਹੈਗੀਆਂ 16 ਕਮੇਟੀਆਂ 2 ਜ਼ਿਲ੍ਹਿਆਂ ਦਾ ਚਾਰਜ ਆ ਸੋ ਮੇਰੀ 50 ਲੱਖ ਦੀ ਕੰਪੀਟੈਂਸੀ ਅਸੀਂ ਤਾਂ ਕਰਕੇ ਭੇਜਤਾ ਹੁਣ 2 ਚੀਫ ਇੰਜੀਨੀਅਰ 2 ਕਰੋੜ ਤੋਂ ਉੱਪਰ 2 ਚੀਫ ਇੰਜੀਨੀਅਰਾਂ ਦੀ ਕੰਪੀਟੈਂਸੀ ਅਤੇ ਇਹਦੀ ਸਾਡੀ ਕਮੇਟੀ ਦੀ ਐਡਮਿਨਿਸਟ੍ਰੇਟਿਵ ਅਪਰੂਵਲ ਇਹ 50 ਲੱਖ ਦਾ ਕੰਮ ਆਪਾਂ ਵੀ 50 ਲੱਖ ਦੀ ਕਮੇਟੀ ਕਰ ਸਕਦੀ ਇਹ ਡਾਇਰੈਕਟਰ ਸਾਹਿਬ ਨੂੰ ਅਸੀਂ ਕੇਸ ਭੇਜਤਾ ਉਹ ਸਰ ਰੋਡ ਡੈਮੇਜ ਹੋ ਗਈ ਸੀ ਨਾ ਜੀ ਉਹ ਸਾਲ ਵਿੱਚ 6 ਮਹੀਨੇ ਡੈਮੇਜ ਹੋ ਗਈ ਸਾਰੀ ਉਸ ਸਾਲ ਦੇ ਵਿੱਚ ਮੰਤਰੀ ਦੀ ਮੀਟਿੰਗ ਦੇ ਵਿਚ ਸਾਰੇ ਗੱਲਬਾਤ ਹੋਈ ਆ ਮੈਂ ਸਾਰਾ ਕੇਸ ਰੱਖਿਆ ਉੱਥੇ ਰੇਲਵੇ ਰੋਡ ਦਾ ਵੀ ਏਦਾਂ ਹੋਇਆ ਏਦਾਂ
ਉਹਨਾਂ ਨੇ ਇਹਨਾਂ ਨੂੰ ਕਿਹਾ ਬਣਾਓ ਮਨਜ਼ੂਰੀ ਦਿੰਦੇ ਹਾਂ ਬਲਕਾਰ ਸਿੰਘ ਉਹਨਾਂ ਨੇ। ਉਸ ਤੋਂ ਬਾਅਦ ਇਹਨਾਂ ਨੇ ਮੇਰੇ ਤੋਂ ਬਾਅਦ ਜਿਹੜੀ ਮੀਟਿੰਗ ਕੀਤੀ 2,15,00,000 ਰੁਪਏ ਦਾ ਇਹਨਾਂ ਨੇ ਐਸਟੀਮੇਟ ਪਾਸ ਕੀਤਾ। ਉਹ ਐਸਟੀਮੇਟ ਲੈ ਕੇ ਪਿਛਲੇ ਹਫ਼ਤੇ ਮੈਂ ਚੰਡੀਗੜ੍ਹ ਗਿਆ। ਉਹ ਮੇਰਾ ਖਿਆਲ ਅੱਜ ਕੱਲ੍ਹ ਦੇ ਵਿੱਚ ਜੀ ਉੱਥੋਂ ਮੈਂ ਜਿਹੜਾ ਚੀਫ਼ ਨੂੰ ਜਾਣਾ ਸੀ ਚੀਫ਼ ਤੱਕ ਪਹੁੰਚਾਇਆ ਸੀ, ਮੇਰਾ ਖਿਆਲ ਅੱਜ ਜਾਂ ਕੱਲ੍ਹ 'ਚੋਂ ਪਾਸ ਹੋ ਗਿਆ ਜਾਣਾ। ਉਹਦਾ ਲਾਊਗੇ ਟੈਂਡਰ ਕਮੇਟੀ ਵਾਲੇ ਮਹੀਨੇ ਸਵਾ ਮਹੀਨੇ 'ਚ ਉਹ ਸੜਕ। ਮੈਨੂੰ ਉਮੀਦ ਆ ਜੇ ਪਰਮਾਤਮਾ ਨੇ ਜਾਇਦ ਆਉਂਦੇ ਦੋ ਕੁ ਮਹੀਨਿਆਂ ਦੇ ਵਿੱਚ ਸ਼ੁਰੂ ਹੋ ਜੂਗੀ। ਸਾਡਾ ਕਹਿਣ ਦਾ ਮਤਲਬ ਛੇਤੀ ਦਾ ਇਹ ਮਸਲਾ ਜਿਹੜਾ ਇਸ ਵੇਲੇ ਪ੍ਰਧਾਨ ਜੀ ਉੱਤੇ ਗਿਰੀ ਪਵਾਤੀ ਆ, ਉਹ ਬੜੀ ਪਵਾਤੀ ਆ। ਕਦੋਂ ਪਵਾਈ ਆ ਗਿਰੀ? ਪਰਸੋਂ। ਤੁਸੀਂ ਪਰਸੋਂ ਪਵਾਈ ਗਿਰੀ? ਤੁਸੀਂ ਤਾਂ ਕਮੇਟੀ ਦੀ 2,00,000 ਰੁਪਏ ਤਨਖਾਹ ਲੈਣੇ ਆ। ਤੁਸੀਂ ਮੈਨੂੰ ਇੱਕ ਦਿਨ ਦੱਸੋ ਤੁਸੀਂ ਰੇਲਰੋਡ ਤੇ ਕਿੱਦਾਂ ਜਾ ਕੇ ਦੀ? ਮੈਂ ਤਾਂ ਬਹੁਤ ਵਾਰੀ ਆ ਲੋ, ਮੈਂ ਕੈਮਰੇ ਕਢਾਉਂਦਾ। ਹਾਂਜੀ, ਮੈਂ ਕੈਮਰੇ ਕਢਾਉਂਦਾ। ਤੁਸੀਂ ਆ ਕੇ ਇੱਥੇ ਬਹਿ ਕੇ ਚੱਲ ਜਾਂਦੇ ਆ, ਲੋਕਾਂ ਦੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਆ। ਤੁਸੀਂ 2,00,000 ਰੁਪਏ ਤਨਖਾਹ ਬਣੇ, ਤੁਹਾਡੀ ਕੋਈ ਜ਼ਿੰਮੇਵਾਰੀ ਕੋਈ ਨਹੀਂ ਬਣਦੀ ਕਿਸੇ 'ਚ। ਤੁਸੀਂ ਉੱਥੇ ਗਏ ਆ, ਤੁਸੀਂ ਸਾਨੂੰ, ਮੈਂ ਉੱਥੇ ਮੌਜੂਦਾ ਕੌਂਸਲਰ ਆ। ਮੈਂ ਅਸੀਂ ਐਸਟੀਮੇਟ ਬਣਾਇਆ ਆਪਣੀ ਟੈਕਨੀਕਲ, ਤੁਸੀਂ ਸਾਨੂੰ ਸੱਦਿਆ ਉੱਥੇ ਵੀ ਮੈਂ ਇੱਥੇ ਆਇਆ। ਟਿਕਟਾਂ ਨਹੀਂ ਪਾਈ ਤੁਸੀਂ ਸੱਦਿਆ ਮੈਨੂੰ? ਕਿਹਨੂੰ ਜੀ? ਤੁਸੀਂ ਮੈਂ, ਤੁਸੀਂ ਕਹਿੰਦੇ ਮੈਂ ਗਿਆ, ਮੈਂ ਮੌਜੂਦਾ ਕੌਂਸਲਰ ਆ। ਤੁਸੀਂ ਮੈਨੂੰ ਸੱਦਿਆ ਉੱਥੇ? ਕਿਹਨੂੰ? ਤੁਸੀਂ ਮੈਨੂੰ ਸੱਦਿਆ ਉੱਥੇ ਤੇ ਤੁਸੀਂ ਗਏ ਆ? ਨਾਲੇ ਤੁਸੀਂ ਕਹਿੰਦੇ ਕੇਸ ਚੱਲਦਾ, ਨਾਲੇ ਤੁਸੀਂ ਕਹਿੰਦੇ ਮੈਂ ਉੱਥੇ ਉਹ ਕਰਕੇ ਆਇਆ। ਕੀ ਕਰਕੇ ਆਇਆ ਤੁਸੀਂ ਉੱਥੇ? ਕੀ ਕਰਕੇ ਆਇਆ ਜੀ? ਮੈਂ ਤਾਂ ਐਸਟੀਮੇਟ ਨੂੰ ਸੈਂਕਸ਼ਨ ਦੇਣੀ, ਮੈਂ ਦੇਤੀ ਹੈ ਜੀ। ਇਹ ਨਹੀਂ ਆਪਾਂ ਨੂੰ ਇਹਨਾਂ ਆਪਾਂ ਫਾਰਮ ਕਰ ਚੱਲੇ ਆ। ਆਪਾਂ ਇਹਨਾਂ ਦੇ ਇੱਕ, ਮੈਂ ਚਲੋ ਹਜੇ ਨਹੀਂ ਯਾਰ ਕਰਨਾ, ਇੱਕ ਕਿਸੇ ਮੁਲਾਜ਼ਮ ਨੇ ਬੀਟੈਕ ਦੀ ਡਿਗਰੀ ਜਿਹੜੀ ਆ 4 ਸਾਲਾਂ ਦੀ ਆ, 1 ਸਾਲ 'ਚ ਨਹੀਂ ਹੋਈ ਆ, ਮੈਂ ਵਿਜੀਲੈਂਸ ਨੂੰ ਦੇ ਕੇ ਫਿਰ ਤੁਹਾਨੂੰ ਯਾਰ ਕਰੂੰਗਾ ਵੀ ਮੈਂ ਕਰ ਆਪਣੀ ਬਜਟ ਦਾ। ਮੈਂ ਨਹੀਂ ਕਰਨੀ ਮੀਟਿੰਗ, ਬਜਟ ਦਾ ਬਜਟ ਇਹ ਬਜਟ ਮੇਰੀ ਗੱਲ ਸੁਣ, ਮੈਂ ਮੰਨਦਾ ਆ, ਪਰ ਇਹਨਾਂ ਦੀ ਜ਼ਿੰਮੇਵਾਰੀ ਕੀ ਆ? ਜ਼ਿੰਮੇਵਾਰੀ ਆਪੇ ਫਿਕਸ ਕਰ ਲਓ। ਕਿਆ ਕਾਹਦੀ ਫਿਕਸ ਕਰੋ? ਬੋਲਦੇ ਹੋ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਂਥ ਆਯੁਰਵੈਦ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ, ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 9863879499। ਨਵਾਂ ਸ਼ਹਿਰ ਦੁਬਾਬਾ ਯੂਟਿਊਬ ਚੈਨਲ ਸੰਪਰਕ 9863879499।